बलदेव जी जे गल करिए सिद्धू मूसेवाले केस की, तां इह केस दे विच सिद्धू मूसेवाले साहब दे पिता जी वार वार गल कह रहे उन्हां नूं जस्टिस नहीं मिलिया। एक्चुअल वाकई ही उन्हां नूं जस्टिस नहीं मिलिया हैगा। जे गल करिए उस परिवार की गल करिए, जां 29 मई की गल करिए जदों सिद्धू मूसेवाले साहब का मर्डर हुंदा, उस दिन तो लैके अज तक पहला तो स्टार्टिंग दे लोगों नूं कई गल का नहीं पता लग्या, पर हुण हरेक आम इंसान नूं पता लग रहा है, हरेक जो बंदा कानून के नाल संबंधित भी नहीं है पता लग रहा है कि यह राजनीतिक कतल है, यह कोई छोटी मोटी वारदात नहीं हैगी सी। देखो सिद्धू मूसेवाले का मर्डर होना, मर्डर तो बाद मनकीर तौलख का मानसा के घंटों दो घंटे रहना, उस समय के एस एस पी के नाल उन्हूं मर्डर तो बाद मिलना, ठीक है, एड्डी वड्डी वारदात होनी, जो बंदा सिद्धू मूसेवाले के मर्डर वाले दिन जो मनकीर तौलख इतने आता, जो बंदा वो नाल सी, बाद च पुलिस नोमिनेट कर लेंदी है, मनकीर तौलख को फिर छड्ड लेंदी है, उस तो बाद दीपक टीरू का भज जाना एस एच ओ, सिर्फ कल एस एच ओ से परचा दर्ज कर देना, एस एस पी कोई लैंड हाजिर ना करना, यह बहुत गल्लां ने जो इन राजनीतिक कतल का खबर पता लग रहा है कि यह राजनीतिक कतल है। बहुत कुछ सरकार की सपोर्ट के नाल पुलिस ने हजे भी लुको रखे, हजे भी असल जोड़े दोषी ने उन्होंने फड़न तो दूर ने, जो उन्होंने परचे के पाने हद तक पा नहीं सके पुलिस वाले। ਕਿਹੜੇ ਤੁਸੀਂ ਕੀ ਕਮੀਆਂ ਲਾਈਆਂ ਜਿਹਦੇ ਕਰਕੇ ਤੁਹਾਨੂੰ ਲੱਗਦਾ ਹੈ ਵੀ ਇੱਥੇ ਕੁਤਾਹੀ ਹੋਈ ਹੈ? ਅਸਲ ਦੇ ਵਿੱਚ ਜੇ ਗੱਲ ਕਰੀਏ ਹੁਣ ਜਿਵੇਂ ਕੇਸ ਦੇ ਵਿੱਚ ਕੇਕੜਾ ਸੀਗਾ, ਕੇਕੜਾ 15,000 ਰੁਪਏ ਲੈ ਕੇ ਰੇਖੀ ਕੀਤੀ ਉਸਨੇ, ਕੀ ਕੇਕੜਾ ਕੋਈ ਸਿੰਗਰ ਸੀ? ਕੇਕੜੇ ਸਾਡੀ ਉਹਦੀ ਮੂਸੇਵਾਲੇ ਦੀ ਕੋਈ ਜ਼ਮੀਨ ਸਾਂਝੀ ਸੀ, ਉਹਦਾ ਕੋਈ ਕੰਪੀਟੀਟਰ ਸੀ, ਉਹ ਰੇਖੀ ਕਰਦਾ ਗਾ? ਤੁਸੀਂ ਦੇਖੋ ਵੀ ਇਹ ਲੋਕ ਫਿਜ਼ੀਕਲ ਬੰਦੇ ਫੜੇ ਗਏ ਅਜੇ ਤੱਕ, ਤੁਸੀਂ ਦੇਖੋ ਜਿਹੜੇ ਵਾਈਪਰ ਵਰਤੇ ਗਏ, ਗੱਡੀਆਂ ਵਰਤੀਆਂ ਗਈਆਂ, ਜੋ ਕਿਸੇ ਦਾ ਦਿਮਾਗ ਵਰਤਿਆ ਗਿਆ, ਉਹ ਲੋਕ ਹਜੇ ਵੀ ਗ੍ਰਿਫਤ ਤੋਂ ਬਾਹਰ ਨੇ। ਸਰਕਾਰ ਮਦਈ ਦਾ ਇਹ ਰਾਈਟ ਹੁੰਦਾ ਵੀ ਜੇ ਕੋਈ ਬੰਦਾ ਆਪਣਾ ਮਦਈ ਹੈ ਜਿਹੜਾ, ਜੇ ਉਹ ਬੰਦਾ ਪੀੜਤ ਹੁੰਦਾ, ਉਹ ਕਿਸੇ ਦਾ ਨਾਂ ਲੈਂਦਾ, ਤਾਂ ਪੁਲਿਸ ਉਹਨੂੰ 160 ਦਾ ਬਿਆਨ ਲਿਖ ਕੇ ਉਹਨੂੰ ਇਹਦੇ ਮੁਲਜ਼ਮ ਨੂੰ ਨੋਮੀਨੇਟ ਕਰਦੀ ਹੈ ਪਰਚੇ ਦੇ ਵਿੱਚ। ਤਾਂ ਅੱਜ ਤੱਕ ਸਰਦਾਰ ਬਲਕੌਰ ਸਿੰਘ ਸਿੱਧੂ ਇੱਕੋ ਗੱਲ ਹੀ ਕਹਿ ਰਿਹਾ ਵੀ ਮੇਰੇ ਪੁੱਤਰ ਨੂੰ ਮਾਰਨ ਵਾਲਾ ਬਲਤੇਜ ਪੰਨੂ ਆ, ਮੇਰੇ ਪੁੱਤਰ ਦੀ ਸਿਕਿਉਰਿਟੀ ਲੀਕ ਕਰਨ ਵਾਲਾ ਬਲਤੇਜ ਪੰਨੂ ਆ, ਮੇਰੇ ਜਿਹੜੇ ਪੁੱਤਰ ਦੇ ਕੰਪੀਟੀਟਰ ਸੀ ਉਹ ਮਨਕੀਰ ਔਲਖ ਵਰਗੇ ਸੀਗੇ, ਬਿਸ਼ਨੋਈ ਨੂੰ ਉਹਨੂੰ ਉਹਦੇ ਨਾਲ ਜੋੜ ਕੇ ਉਹਨੂੰ ਗੈਂਗਸਟਰ ਦੇ ਰੂਪ ਦੇ ਵਿੱਚ ਗੈਂਗ ਨਾਲ ਉਹਦਾ ਪੁਲਿਸ ਬਿਨਾਂ ਗੱਲ ਤੋਂ ਨਾਤਾ ਜੋੜ ਰਹੀ ਆ, ਉਹ ਗੱਲ ਵੀ ਇਹ ਕਹਿ ਰਹੇ ਨੇ ਵੀ ਉਹਦਾ ਕਿਸੇ ਗੈਂਗ ਨਾਲ ਕੋਈ ਤਾਲਕ ਵਾਸਤਾ ਨਹੀਂ ਸੀ, ਆਹ ਬੰਦੇ ਉਹਦੇ ਕੰਪੀਟੀਟਰ ਸੀ, ਆਹ ਬੰਦੇ ਤਾਂ ਸਾਨੂੰ ਸ਼ੱਕ ਆ, ਜਾਂ ਆਹ ਬੰਦੇ ਨਾਲ ਸਿੱਧੂ ਨੇ ਸ਼ੋਅ ਕੀਤੇ ਸੀ, ਉਹ ਸ਼ੋਅ ਦੀ ਕਮਾਈ ਦਾ ਡਿਸਪਿਊਟ ਸੀਗਾ, ਇਹ ਲੋਕਾਂ ਨੇ ਉਹਨੂੰ ਮਾਰਿਆਗਾ, ਤਾਂ ਪੁਲਿਸ ਉਹਨਾਂ ਨੂੰ ਨੋਮੀਨੇਟ ਹੀ ਕਰ ਰਹੀ, ਇਹੀ ਉਹ ਪਰਿਵਾਰ ਮੰਗ ਰਿਹਾ ਹੈਗਾ, ਇਸੇ ਜਸਟਿਸ ਦੀ ਅਸੀਂ ਗੱਲ ਕਰ ਰਹੇ ਹਾਂ। ਪੁਲਿਸ ਅਧਿਕਾਰੀਆਂ ਦੀ ਗੱਲ ਹੋ ਰਹੀ ਸੀ ਕਿ ਪੁਲਿਸ ਅਧਿਕਾਰੀਆਂ ਨੇ ਅਣਗਹਿਲੀ ਕੀਤੀ ਹੈ, ਇੱਕ ਐਸ ਐਚ ਓ ਵੀ ਨੌਕਰੀ ਤੋਂ ਉਹ ਕੀਤਾ ਜਾ ਚੁੱਕਿਆ। ਬਿਲਕੁਲ ਬਲਦੇਵ ਜੀ, ਜੇ ਅਣਗਹਿਲੀ ਦੀ ਗੱਲ ਕਰੀਏ, ਜਦੋਂ ਸਿੱਧੂ ਮੂਸੇਵਾਲੇ ਸਾਹਿਬ ਦਾ ਮਰਡਰ ਹੁੰਦਾ ਤਾਂ 2-3 ਘੰਟੇ 4 ਘੰਟੇ ਐਸ ਐਚ ਪੀ ਨੂੰ ਇਸ ਗੱਲ ਬਾਰੇ ਨਹੀਂ ਪਤਾ ਲੱਗਦਾ, ਜਿਸ ਤਰ੍ਹਾਂ ਕਹਿਣ ਦੀ ਗੱਲ ਆਈ ਹੈਗੀ ਉਹਦੀ ਜਵਾਨੀ ਹੈਗੀ ਵੀ 2-3 ਘੰਟੇ ਜਿਹੜਾ ਉਸ ਟਾਈਮ ਦਾ ਗੌਰਵ ਤੂਰਾ ਆਈ ਪੀ ਐਸ ਆਫਿਸਰ ਸੀਗਾ, ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਸਿੱਧੂ ਮੂਸੇਵਾਲੇ ਸਾਹਿਬ ਦਾ ਮਰਡਰ ਹੋ ਗਿਆ। ਦੁਨੀਆਂ ਦੇ ਇਹ ਖਬਰ ਛਾ ਗਈ, ਲੋਕ ਸੁੰਨ ਬੁੰਨ ਰਹਿ ਗਏ, ਤੇ ਉਹ ਕਹਿੰਦਾ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਹੈਗਾ, ਕੋਈ ਨਾਕੇ ਤੇ ਗੱਡੀ ਚੱਕ ਨਹੀਂ ਹੋਈ, ਕੋਈ ਜਿਹੜੇ ਬਾਹਰਲੇ ਬੰਦੇ ਉਹ ਡਿਟੈਕਟ ਨਹੀਂ ਹੋਏ ਹੈਗੇ, ਅੱਜ ਤੱਕ ਪੂਰੇ ਬੰਦੇ ਨਹੀਂ ਫੜੇ ਗਏ। ਉਸ ਸਮੇਂ ਪੁਲਿਸ ਨੇ ਜੋ ਮੁਸਤੈਦੀ ਦਿਖਾਉਣਾ ਚਾਹੁੰਦੀ ਸੀ ਉਹ ਮੁਸਤੈਦੀ ਨਹੀਂ, ਉਹ ਨਾਲ ਕੰਮ ਨਹੀਂ ਕਰ ਸਕੀ, ਜਿੰਨੇ ਮੁਲਜ਼ਮ ਨੇ ਸਾਰੇ ਦਿੱਲੀ ਪੁਲਿਸ ਨੇ ਫੜੇ ਨੇ, ਤਾਂ ਪੁਲਿਸ ਤਾਂ ਸ਼ੱਕ ਦੇ ਘੇਰੇ ਦੇ ਵਿੱਚ ਹੀ ਹੈਗੀ ਉਸ ਟਾਈਮ ਦੀ। ਇਹੀ ਗੱਲ ਪਰਿਵਾਰ ਕਹਿ ਰਿਹਾ, ਇਹੀ ਗੱਲ ਉਹਦਾ ਚਲਾਨ ਕਹਿ ਰਿਹਾ ਹੈਗਾ ਵੀ ਪੁਲਿਸ ਦੀ ਜੋ ਮੁਸਤੈਦੀ ਸੀ ਉਹ ਨਹੀਂ ਦਿਖਾਈ ਗਈ ਉਸ ਸਮੇਂ। ਦੀਪਕ ਟੀਨੂ ਫਰਾਰ ਹੋ ਜਾਂਦਾ ਤਾਂ ਗਾਜ ਗਿਰਦੀ ਹੈ ਨਿਚਲੇ ਅਫਸਰ ਤੇ। ਤੁਸੀਂ ਆਪ ਦੇਖੋ ਹੁਣ ਦੀਪਕ ਟੀਨੂ ਇੱਕ ਮੇਨ ਸਰਗਨਾ ਸੀ ਜਿਹਨੇ ਅਕੋਰਡਿੰਗ ਟੂ ਪ੍ਰੋਸੀਕਿਊਟ ਸਟੋਰੀ ਉਹਨੇ ਵਹੀਕਲ ਪ੍ਰੋਵਾਈਡ ਕਰਾਏ, ਉਹਨੇ ਵੈਪਨ ਪ੍ਰੋਵਾਈਡ ਕਰਾਏ, ਬੰਦਿਆਂ ਨੂੰ ਸ਼ੈਲਟਰ ਦਿੱਤੀ, ਤੇ ਉਹ ਬੰਦਾ ਪੁਲਿਸ ਦੀ ਗ੍ਰਿਫਟ ਚੋਂ ਭੱਜ ਜਾਂਦਾ, ਤੇ ਬਾਅਦ ਦੇ ਵਿੱਚ ਉਹਨੂੰ ਦਿੱਲੀ ਪੁਲਿਸ ਫੜ ਲੈਂਦੀ ਹੈ। ਉਹਦੇ ਵਿੱਚ ਮਾਰਿਆ ਕੌਣ ਜਾਂਦਾ ਹੈਗਾ? ਇੱਕ ਐਸ ਐਚ ਓ, ਇੱਕ ਐਸ ਐਚ ਓ ਦੀ ਇਹ ਕਾਰਤ ਹੈਗੀ ਉਹ ਵੀ ਉਹ ਐਸ ਐਸ ਪੀ ਤੋਂ ਬਾਹਰ ਹੋ ਕੇ ਕੰਮ ਕਰ ਲਏ, ਜਿਸ ਤਰ੍ਹਾਂ ਇਹਨਾਂ ਨੇ ਦਿਖਾਇਆ ਉਹ ਉਹਦੀ ਗਰਲਫ੍ਰੈਂਡ ਨੂੰ ਮਿਲਣ ਗਿਆ ਸੀ, ਤਾਂ ਉੱਥੋਂ ਉਹ ਭੱਜ ਗਿਆ। ਕਿ ਉਹ ਐਸ ਐਸ ਪੀ ਦੀ ਨੌਲੇਜ 'ਚ ਨਹੀਂ ਸੀਗਾ ਕਿ ਜੇ ਐਡੀ ਵੱਡੀ ਅਣਗਹਿਲੀ ਹੋ ਗਈ, ਐਸ ਐਚ ਓ ਨੂੰ ਲੈਣ ਹਾਜ਼ਰ ਕਰਕੇ ਉਹਦੇ ਪਰਚਾ ਦਰਜ ਕਰਤਾ ਕਿ ਐਸ ਐਸ ਪੀ 'ਤੇ ਪਰਚਾ ਦਰਜ ਕਰਨਾ ਬਣਦਾ ਨਹੀਂ ਸੀ, ਕਿ ਐਸ ਐਸ ਪੀ ਨੂੰ ਲੈਣ ਹਾਜ਼ਰ ਕਰਨਾ ਬਣਦਾ ਸੀਗਾ, ਫਿਰ ਕੀ ਹੋ ਗਿਆ ਜੇ ਉਹ ਰਾਘਵ ਚੱਡੇ ਦਾ ਦੋਸਤ ਸੀਗਾ, ਉਹਦੇ ਨਾਲ ਪੜਿਆ ਸੀਗਾ? ਇਹਦਾ ਮਤਲਬ ਇਹ ਥੋੜ੍ਹਾ ਨਾਗਾ ਵੀ ਅਸੀਂ ਉਹਨਾਂ ਨੂੰ ਬਖਸ਼ ਗਈ ਜਿਹਨਾਂ ਨੂੰ ਸਰਕਾਰ ਦੀ ਸਪੋਰਟ ਆ ਗਈ। ਇਹੀ ਚੀਜ਼ ਸਾਰੀ ਸ਼ੱਕ ਦੇ ਘੇਰੇ 'ਚ ਆਉਂਦੀ ਹੈਗੀ, ਜੇ ਸਹੀ ਇਨਵੈਸਟੀਗੇਸ਼ਨ ਹੋ ਜਾਂਦੀ ਇਹ ਜਿਹੜੇ ਗੋਲਡੀ ਵਰਗੇ ਨੇ ਇਹ ਸਾਰੇ ਫੜੇ ਜਾਣੇ ਸੀਗੇ। ਇੱਕ ਗੱਲ ਹੋਰ ਆ ਗਈ, ਇਹ ਕਹਿ ਰਹੇ ਆ ਅਸੀਂ ਜ਼ਿੰਮੇਵਾਰੀ ਲੈ ਲਈ, ਕੀ ਪਤਾ ਉਹਨੂੰ ਜ਼ਿੰਮੇਵਾਰੀ ਦਵਾਈ ਗਈ ਆ ਜਾਂ ਉਹਨੇ ਵਾਕਈ ਉਹਦਾ ਹੱਥ ਹੈਗਾ ਸੀ ਇਹਦੇ ਵਿੱਚ। ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਜਿਹੜੇ ਮੇਨ ਕੰਪੀਟੀਟਰ ਸੀਗੇ, ਜਿਹਨਾਂ ਨਾਲ ਕੋਈ ਸ਼ੋਆਂ ਦੇ ਪ੍ਰੋਪਰਟੀ ਦਾ ਡਿਸਪਿਊਟ ਸੀਗਾ, ਸ਼ੋਆਂ ਦੀ ਜਿਹੜੇ
ਪੈਸੇ ਇਕੱਠੇ ਹੋਏ ਸੀ ਉਹਨਾਂ ਡਿਸਪਿਊਟ ਸੀ, ਸਿੱਧੂ ਮੂਸੇਵਾਲ ਨੇ ਸਾਰੀ ਇੰਡਸਟਰੀ ਫੇਅਰ ਕਰਤੀ ਸੀ, ਕੱਲਾ ਕੱਲਾ ਹੀ ਵੱਜਦਾ ਸੀਗਾ, ਹੁਣ ਵੀ ਵਿਚਾਰਾ ਕੱਲਾ ਹੀ ਵੱਜਦਾ ਲੈਜੈਂਡ ਬੰਦਾ, ਉਹਦੇ ਕੰਪੀਟੀਟਰਾਂ ਤਾਂ ਪੁੱਛ ਗਿੱਛ ਨਹੀਂ ਕੀਤੀ ਗਈ। ਨਾਲੇ ਇੱਕ ਤੁਹਾਡਾ ਰਾਈਟ ਆ, ਜੇ ਤੁਸੀਂ ਕਿਸੇ ਜੇ ਤੁਸੀਂ ਪੀੜ ਤੋਂ ਤੁਸੀਂ ਨਾਮ ਲੈਂਦੇ ਹੋ ਤਾਂ ਪੁਲਿਸ ਨੂੰ ਉਹ ਬੰਦੇ ਨੋਮੀਨੇਟ ਕਰਨੇ ਹੀ ਪੈਣਗੇ। 161 CRPC ਇਸੇ ਵਾਸਤੇ ਬਣੀ ਹੈਗੀ। ਤੁਸੀਂ ਕਿਹਾ ਵੀ ਕੁਛ ਮੁਲਜ਼ਮ ਰਹਿ ਗਏ ਸੀਗੇ, ਉਹ ਕਿਹੜੇ ਮੁਲਜ਼ਮ ਆ ਜਿਹੜੇ ਵੀ ਹਲੇ ਵੀ ਰਹਿ ਗਏ, ਜਿਹੜੇ ਫੜੇ ਨਹੀਂ ਗਏ ਜਾਂ ਕੀ? ਬਿਲਕੁਲ ਜੀ, ਸਾਡੇ ਸਭ ਤੋਂ ਪਹਿਲਾਂ ਤਾਂ ਜਿਹੜੇ ਉਹਦੇ ਕੰਪੀਟੀਟਰ ਸਿੰਗਲ ਕੰਪੀਟੀਟਰ ਨੇ ਉਹੀ ਸ਼ੱਕ ਦੇ ਕੇ ਵਿੱਚ ਆ ਰਹੇ ਨੇ। ਅੱਗੇ ਤਾਂ ਕਦੇ ਮਨਕੀਤ ਔਰਖ ਮਾਨਸਾ ਦੇ ਵਿੱਚ ਆਇਆ ਨੀ, ਉਸ ਦਿਨ ਜਾਂ ਉਸ ਦਿਨ ਤੋਂ ਕਿਤੇ ਪਹਿਲਾਂ ਮਨਕੀਤ ਕੌਰ ਇੱਥੇ ਕੀ ਸੀਗਾ? ਫਿਰ ਸਿੱਧੂ ਮੂਸੇਵਾਲ ਸਾਹਿਬ ਦੇ ਮਰਡਰ ਤੋਂ 20-30 ਦਿਨ ਪਹਿਲਾਂ, ਮਹੀਨਾ ਪਹਿਲਾਂ ਕਰਨ ਔਜਲਾ ਇੱਥੇ ਆ ਕੇ ਗਿਆ ਹੈਗਾ, ਇੱਥੇ ਨਾਲ ਦੇ ਪਿੰਡਾਂ ਦੇ ਵਿੱਚ ਕਈ ਉਹਦੀ ਵੀਡੀਓਜ਼ ਪਈਆਂ ਨੇ, ਉਹਦੀ ਆਪਦੇ ਸੋਸ਼ਲ ਮੀਡੀਆ ਪੇਜ 'ਤੇ ਪਿਆ ਵੀ ਉਹਨੇ ਉਹ ਮਾਨਸਾ ਆਇਆ ਹੈਗਾ। ਪਰ ਸਿੱਧੂ ਮੂਸੇਵਾਲ ਸਾਹਿਬ ਨੂੰ ਮਿਲਿਆ ਜੀ, ਕੀ ਮਾਨਸਾ ਦੇ ਵਿੱਚ ਇਹੋ ਜਿਹੀ ਕਿਹੜੀ ਇੰਡਸਟਰੀ ਬਣ ਗਈ ਸੀ ਵੀ ਇਹ ਸਿੰਗਰ ਨੇ ਜਿਹੜੇ ਇੱਥੇ ਆ ਕੇ ਅਤੇ ਮਾਨਸਾ ਦੇ ਵਿੱਚ ਆਪਦੇ ਹੇਰਾ ਵਿਗੇਰੀਆਂ ਲਾਉਣ ਲੱਗ ਗਏ? ਇਸ ਕਰਕੇ ਬੜਾ ਸ਼ੱਕ ਦੇ ਘੇਰੇ ਦੇ ਵਿੱਚ, ਹਜੇ ਤੱਕ ਇਹਦੀ ਫਿਰ ਇਨਵੈਸਟੀਗੇਸ਼ਨ ਨਹੀਂ ਹੋਈ। ਮੈਂ ਤਾਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਹੁੰਦਾ ਵੀ ਇਹ CBI ਨੂੰ ਦੇਣੀ ਚਾਹੀਦੀ ਜਾਂਚ ਇਹਦੀ। ਪਹਿਲਾਂ ਇਹਦੇ ਵਿੱਚ ਸੈਂਟਰ ਗੌਰਮੈਂਟ ਵੀ ਇੰਟਰਸਟ ਦਿਖਾਇਆ ਸੀ, ਬਾਅਦ ਦੇ ਵਿੱਚ ਉਹ ਸੈਂਟਰ ਗੌਰਮੈਂਟ ਵੀ ਆਪਦਾ ਇੰਟਰਸਟ ਪਿੱਛੇ ਖਿੱਚ ਗਈ। ਹੋ ਸਕਦਾ ਉਹ ਸਟੇਟ ਗੌਰਮੈਂਟ ਨਾਲ ਰਲ ਕੇ ਆਪਦੀ ਇਨਵੈਸਟੀਗੇਸ਼ਨ ਨਾ ਕਰਵਾਉਣੀ ਚਾਹੁੰਦਾ ਹੋਵੇ, ਹੋ ਸਕਦਾ ਉਹ ਉਹਨਾਂ ਦਾ ਕੋਈ ਹੋਰ ਇੰਟਰਸਟ ਹੋਵੇ। ਇਸ ਕਰਕੇ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਸ਼ੁਰੂ ਤੋਂ ਸ਼ੱਕ ਦੇ ਘੇਰੇ ਦੇ ਵਿੱਚ ਰਹੀ ਹੈ। ਮੇਰੀ ਕਲਪਿਸ ਨੇ ਜਿਹੜੇ ਹਜੇ ਵੀ ਗ੍ਰਿਫਤ ਤੋਂ ਬਾਹਰ ਨੇ, ਕੀ ਬਲਤੇਆਰੀ ਪੰਨੂ ਕਿਹੜਾ MP MLA ਕਿਹੜਾ ਕੈਬਨਿਟ ਹੈਗਾ ਵੀ ਅੱਜ ਤੱਕ ਉਹਨੂੰ ਜਿਹੜਾ ਸਰਕਾਰ ਨੋਮੀਨੇਟ ਨਹੀਂ ਕਰ ਰਹੀ, ਸਰਕਾਰ ਆਪਦੀ ਤੋਂ ਦੂਰ ਨਹੀਂ ਕਰ ਰਹੀ, ਅੱਜ ਵੀ ਉਹ ਜਲੰਧਰ ਚੋਣ ਦਾ ਇੰਚਾਰਜ ਨਾ ਰੱਖਿਆ ਗਿਆ। ਇਸ ਕਰਕੇ ਹਮੇਸ਼ਾ ਸ਼ੱਕ ਦੇ ਘੇਰੇ ਦੇ ਵਿੱਚ ਹੈਗੀ। ਜਲੰਧਰ 'ਚ ਵੀ ਗਏ ਆ ਸਿੱਧੂ ਮੂਸੇਵਾਲਾ ਦੇ ਪਿਤਾ, ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਵੀ ਉਹਨਾਂ ਸਪੈਸ਼ਲ ਕਿਹਾ ਵੀ ਇਹਨਾਂ ਨੂੰ ਵੋਟ ਨਹੀਂ ਪਾਉਣੀ, ਹੋਰ ਜਿਹਨੂੰ ਮਰਜ਼ੀ ਪਾ ਦਿਓ। ਕਿਵੇਂ ਦੇਖਦੇ ਹੋ ਕੀ? ਬਿਲਕੁਲ, ਇਹ ਬਹੁਤ ਚੰਗਾ ਫੈਸਲਾ ਸੀ। ਐਕਚੁਅਲ 'ਚ ਮੈਂ ਉਹ ਪਰਿਵਾਰ ਦੇ ਕੁਛ ਨੇੜੇ ਹੋਣ ਕਰਕੇ ਕੁਛ ਗੱਲਾਂ ਦਾ ਮੈਨੂੰ ਵੀ ਪਤਾ ਗਾ। ਇਹ ਐਕਚੁਅਲ 'ਚ ਜਦੋਂ ਨਾ ਐਤਵਾਰ ਨੂੰ ਜਾਂ ਸ਼ਨੀਵਾਰ ਨੂੰ ਉੱਥੇ ਜਨਤਾ ਆਉਂਦੀ ਆ, ਉਹਨਾਂ ਦੇ ਜਿਹੜੇ ਉਹ ਦੁਆਬੇ ਦੇ ਲੋਕ ਆਏ ਸੀ ਉਹ ਸਪੈਸ਼ਲ ਉਹਨਾਂ ਦੀ ਡਿਮਾਂਡ 'ਤੇ ਗਏ ਸੀ। ਕੋਈ ਸਿੱਧੂ ਮੂਸੇਵਾਲੇ ਪਰਿਵਾਰ ਦਾ ਨਿੱਕੀ ਫੈਸਲਾ ਨਹੀਂ ਸੀਗਾ ਇਹ, ਉਹ ਕਹਿ ਕੇ ਗਏ ਨੇ ਜੀ ਵੀ ਅਸੀਂ ਤਾਂ ਤੁਹਾਡੇ ਤੱਕ ਆ ਗਏ। ਐਕਚੁਅਲ ਲੋਕਾਂ ਜਿਹੜੇ ਸਾਡੇ ਜਲੰਧਰ ਦੇ ਲੋਕ ਨੇ ਉਹਨਾਂ ਨੂੰ ਐਕਚੁਅਲ ਗੱਲ ਨਹੀਂ ਪਤਾ ਹੈਗੀ, ਤੁਸੀਂ ਉਹਨਾਂ ਨੂੰ ਇੱਕ ਵਾਰੀ ਮਿਲ ਕੇ ਜਾਓ ਤਾਂ ਤੁਸੀਂ ਦੇਖੋ ਵੀ ਜਦੋਂ ਸਿੱਧੂ ਮੂਸੇਵਾਲਾ ਦਾ ਫਾਦਰ ਜਾਂਦਾ ਹੈਗਾ ਕੇਜਰੀਵਾਲ ਦੇ ਰੋਡ ਸ਼ੋਅ 'ਚ ਘੱਟ ਹੁੰਦਾ ਹੈਗਾ, ਉਹਨਾਂ ਨੂੰ ਲੋਕ ਮਿਲਣ ਵਾਲਾ ਕਿਵੇਂ ਤਾਤਾ ਲੱਗਿਆ ਹੁੰਦਾ ਹੈਗਾ, ਕਿਸ ਤਰ੍ਹਾਂ ਉਹ ਲੋਕਾਂ ਦੇ ਵਿੱਚ ਵਿਚਰਦੇ ਨੇ, ਲੋਕਾਂ ਨੇ ਕਿਸ ਤਰ੍ਹਾਂ ਅੱਖਾਂ ਦੇ ਵਿੱਚ ਹੰਝੂ ਸੀਗੇ। ਇਸ ਕਰਕੇ ਲੋਕਾਂ ਦੀ ਡਿਮਾਂਡ 'ਤੇ ਲੋਕਾਂ ਦੇ ਕਹਿਣ 'ਤੇ ਹੀ ਸਿੱਧੂ ਮੂਸੇਵਾਲ ਸਾਹਿਬ ਉੱਥੇ ਅਤੇ ਫਾਦਰ ਉੱਥੇ ਗਏ ਨੇ ਅਤੇ ਆਪਦਾ ਦੁੱਖ ਦੱਸ ਕੇ ਆਏ ਨੇ ਵੀ ਜੇ ਮੇਰਾ ਜਵਾਕ ਮਾਰਦਾ ਕੱਲ੍ਹ ਨੂੰ ਤੁਹਾਡਾ ਵੀ ਮਾਰ ਦੇਣਗੇ। ਇਹ ਤੁਹਾਡੀ ਗੱਲ ਠੀਕ ਹੈ ਵੀ ਜਿਹੜੇ ਬੰਦੇ ਬਾਹਰ ਬੈਠੇ ਨੇ ਉਹਨਾਂ ਨੂੰ ਲਿਆਉਣਾ ਥੋੜ੍ਹਾ ਜਿਹਾ ਕਾਨੂੰਨੀ ਪ੍ਰਕਿਰਿਆ ਲੰਬੀ ਹੁੰਦੀ ਆ, ਉਹ ਥੋੜ੍ਹਾ ਸਮਾਂ ਤਾਂ ਲੱਗ ਜਾਂਦਾ ਪਰ ਨਾਮੁਮਕਿਨ ਨਹੀਂ ਹੈਗਾ ਕਿਉਂਕਿ ਐਕਸਟ੍ਰੈਡੀਸ਼ਨ ਦੇ ਜ਼ਰੀਏ ਉਹ ਆਉਣਾ ਹੈਗਾ। ਸਾਡੀ ਟ੍ਰੀਟੀ ਕੈਨੇਡਾ ਨਾਲ ਹੈਗੀ ਆ, ਸਾਰੇ ਦੇਸ਼ਾਂ ਨਾਲ ਜਿੰਨਾ ਨਾਲ ਵੀ ਹੈਗੀ ਉੱਥੇ ਉਹ ਲੋਕ ਬੈਠੇ ਨੇ, ਅਨਮੋਲ ਬਿਸ਼ਨੋਈ ਹੋਵੇ ਚਾਹੇ ਗੋਲਡੀ ਬਰਾਡ ਹੋਵੇ, ਉਹਨਾਂ ਨੂੰ ਸਰਕਾਰ ਆਪਦਾ ਇੱਕ 4-5 ਜਿਹੜੇ ਇਹਨਾਂ ਦੇ ਸੀਨੀਅਰ ਆਫਿਸਰ ਨੇ ਉਹਨਾਂ ਦੀ ਅਪੁਆਇੰਟਮੈਂਟ ਕਰੇ ਅਤੇ ਉੱਥੋਂ ਦੇ ਜਿਹੜੇ ਡਿਪਲੋਮੈਟਿਕ ਏਜੰਟ ਨੇ ਉਹਨਾਂ ਦੇ ਥਰੂ ਏਜੰਸੀ ਦੇ ਥਰੂ, ਸਰਕਾਰਾਂ ਕੀ ਨਹੀਂ ਕਰ ਸਕਦੀਆਂ? ਬਹੁਤ ਛੋਟਾ ਕੰਮ ਹੈ ਇਹ, ਐਕਸਟ੍ਰੈਡੀਸ਼ਨ ਸਾਡੀ ਉਹਨਾਂ ਨਾਲ ਹੈਗੀ ਆ ਅਤੇ ਉੱਪਰ ਥੋੜ੍ਹਾ ਜਿਹਾ ਪ੍ਰੋਸੈਸ ਆ ਉਹ, ਜੇ ਕੋਈ ਔਨੈਸਟ ਬੰਦੇ ਨੂੰ ਲਾਉਣਗੇ ਤਾਂ ਉਹ ਦਿਨਾਂ ਦੇ ਵਿੱਚ ਹੋ ਜਾਊਗਾ, ਗੋਲਡੀ ਬਰਾਡ ਇੱਥੇ ਹੋਊਗਾ, ਬਿਸ਼ਨੋਈ ਅਨਮੋਲ ਬਿਸ਼ਨੋਈ ਇੱਥੇ ਹੋਣਾ ਹੈ। ਇਸ ਕਰਕੇ ਸਰਕਾਰ ਦੀ ਨੀਅਤ ਸਾਫ ਚਾਹੀਦੀ ਆ, ਕੁਛ ਵੀ ਹੋ ਸਕਦਾ, ਕੀ ਫੜਨੇ ਕੀ ਔਖੇ ਨੇ, ਲਿਆਉਣੇ ਕੀ ਔਖੇ ਨੇ। ਉਹ ਮੇਰੀ ਗੱਲ ਤਾਂ ਇਹ ਪਤਾ ਲੱਗੇ ਨਾ ਭਗਵੰਤ ਮਾਨ ਸਾਹਿਬ ਕਹਿੰਦੇ ਆ ਉਹ ਡਿਟੇਨ ਕੀਤੇ ਹੋਏ ਨੇ, ਗੋਲਡੀ ਬਰਾਡ ਡਿਟੇਨ ਕੀਤਾ ਹੋਇਆ, ਬਿਸ਼ਨੋਈ ਨੂੰ ਅਸੀਂ ਕੀਨੀਆ 'ਚ ਡਿਟੇਨ ਕੀਤਾ ਹੋਇਆ, ਉਹ ਅਮੈਰੀਕਾ 'ਚ ਭੰਗੜੇ ਪਾਈ ਜਾਂਦਾ ਹੈਗਾ, ਗੋਲਡੀ ਬਰਾਡ ਦੀ ਸੋਸ਼ਲ ਮੀਡੀਆ 'ਤੇ ਆ ਜਾਂਦੇ ਵੀ ਮੈਨੂੰ ਕੋਈ ਫੜ ਹੀ ਨਹੀਂ ਸਕਦਾ ਹੈਗਾ, ਕੋਈ ਤਾਕਤ ਹੀ ਨਹੀਂ ਇਹੀ ਜਿਹੜੀ ਫੜ ਲਏ। ਅਤੇ ਭਗਵੰਤ ਮਾਨ ਦੇ ਇਹੋ ਜਿਹੜੇ ਬਿਆਨ ਆਉਣੇ ਬੜੇ ਹਾਸੇ ਛਿਣੂ ਨੇ, ਕਿਉਂਕਿ ਜਿਹੜੀ ਇਹ ਪ੍ਰਕਿਰਿਆ ਦੱਸਣ ਦੀ ਪ੍ਰਕਿਰਿਆ ਇਹ DGP ਦਾ ਕੰਮ ਹੈਗਾ, ਕਾਨੂੰਨੀ ਗੱਲ DGP ਨੇ ਦੱਸਣੀ ਹੈ। ਭਗਵੰਤ ਮਾਨ ਸਾਹਿਬ ਨੂੰ ਕੀ ਪਤਾ ਹੁਣ ਤਾਂ ਸਰਕਾਰ ਚਾਹੀਦੇ, ਨਾ ਉਹਨਾਂ ਨੇ ਸਮਾਪਤ ਸਾਡਾ ਸੰਵਿਧਾਨ ਪੜ੍ਹਿਆ, ਨਾ ਹੀ ਉਹਨਾਂ ਨੇ IPC ਪੜ੍ਹੀ, ਉਹਨੂੰ ਨਾ ਹੀ ਉਹਨਾਂ ਨੇ ਇੰਟਰਨੈਸ਼ਨਲ ਲਾਅ ਪੜ੍ਹਿਆ ਵੀ ਕਿਸ ਤਰੀਕੇ ਦੇ ਨਾਲ ਇੱਥੇ ਲਿਆ ਜਾ ਸਕਦੇ ਨੇ। ਮਾਹਿਰਾਂ ਦੀ ਟੀਮ ਅਪੁਆਇੰਟ ਕਰੋ, ਦੋ ਵਕੀਲ ਹੋਣ ਉਹਦੇ ਵਿੱਚ, ਮਾਹਿਰ ਵਕੀਲ ਹੋਣ, DGP ਸਾਹਿਬ ਆਪ ਹੋਣ, ਇੱਕ ਇੰਟਰਨੈਸ਼ਨਲ ਇਹਨਾਂ ਦਾ ਜਿਹੜਾ ਡਿਪਲੋਮੈਟਿਕ ਏਜੰਟ ਉਹਨੂੰ ਨਾਲ ਲੈ ਕੇ, ਤਾਂ ਕੰਮ ਹੀ ਕੁਛ ਦਿਨਾਂ ਦਾ ਕੰਮ ਹੈਗਾ। ਜੇ ਗੋਲਡੀ ਬਰਾਡ ਡਿਟੇਨ ਕੀਤਾ ਹੋਇਆ ਜਾਂ ਅਨਮੋਲ ਬਿਸ਼ਨੋਈ ਡਿਟੇਨ ਕੀਤਾ ਹੋਇਆ, ਫਿਰ ਤਾਂ ਇੱਟ ਮੀਨਜ਼ ਉਹਨਾਂ ਦੀ ਇੱਕ ਸਟੱਡੀ ਜੀ ਹੈਗੇ ਨੇ, ਫਿਰ ਤਾਂ ਕਿਸੇ ਪੇਪਰ ਫਾਰਮੈਲਿਟੀ ਪੂਰੀ ਕਰਨੀ ਹੈ, ਉਹਦਾ ਦਿਨਾਂ 'ਚ ਇੱਥੇ ਆ ਜਾਣਗੇ। ਇਸ ਕਰਕੇ ਨੀਅਤ ਸਾਫ ਚਾਹੀਦੀ। ਟ੍ਰਾਇਲ ਸ਼ੁਰੂ ਹੋ ਚੁੱਕੇ ਜੀ, ਕੇਸ ਦਾ ਕੀ ਸਟੇਟਸ ਹੈ ਕੇਸ ਦਾ? ਟ੍ਰਾਇਲ ਦੇ ਵਿੱਚ ਸ਼ਰਮਾ ਜੀ ਚਲਾਨ ਪੇਸ਼ ਹੋ ਚੁੱਕਿਆ ਹੈਗਾ, ਜ਼ਿਆਦਾ ਇਹਦੇ ਵਿੱਚ ਹੋਣ ਕਰਕੇ, ਦੋਸ਼ੀ ਹੋਣ ਕਰਕੇ ਹਜੇ ਤੱਕ ਚਾਰਜ ਫਰੇਮ ਨਹੀਂ ਹੋਇਆ ਹੈਗਾ। ਮੈਂ ਸਰਕਾਰ ਨੂੰ ਇਹੀ ਪੂਰੀ ਅਪੀਲ ਕਰੂੰਗਾ, ਮੇਰੀ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਇਹ ਗੱਲ ਹੋਈ ਸੀ ਵੀ ਆਪਾਂ ਇੱਕ ਐਪਲੀਕੇਸ਼ਨ ਮੂਵ ਕਰੀਏ ਵੀ ਇਹਨਾਂ ਦੇ ਜਿਹੜੇ ਚਾਰਜ ਨੇ ਉਹ ਜੇਲ੍ਹ ਦੇ ਵਿੱਚੋਂ ਫਰੇਮ ਕੀਤੇ
ਜਿਹੜੇ ਇਹਦੇ ਚ ਦੋ ਪ੍ਰਾਈਵੇਟ ਬੰਦੇ ਹੋਰ ਗਵਾਹ ਨੇ ਜਿਹੜੇ ਨਾਲ ਇੰਜਰਡ ਸੀਗੇ ਜਾਂ ਉਹ ਆਮ ਦਾ ਸਪੋਰਟ ਮੂਸੇਵਾਲਾ ਸਾਹਿਬ ਦੇ ਨਾਲ ਸੀਗੇ ਮੌਕਾ ਗਵਾਹ ਨੇ, ਉਹਨਾਂ ਨੂੰ ਤਾਂ ਉਹਨਾਂ ਦੀ ਗਵਾਹੀ ਅਸੀਂ ਛੇਤੀ ਕਰਵਾਈਏ, ਜਿਹੜਾ ਉਹਨਾਂ ਦੇ ਡਰ ਫਸਿਆ ਹੋਇਆ ਉਹ ਤਾਂ ਨਿਕਲੇ ਕਿਉਂਕਿ ਫਿਰ ਹੀ ਕੇਸ ਚੱਲੂਗਾ। ਪਹਿਲਾਂ ਇਹਦੇ ਚਾਰਜ ਫਰੇਮ ਹੋਣਾਗਾ, ਫਿਰ ਇਹਨੂੰ ਸਪੈਸ਼ਲ ਕੋਰਟ ਦੇ ਵਿੱਚ ਲਾ ਕੇ ਫਾਸਟ ਟ੍ਰੈਕ ਕੋਰਟ ਦੇ ਵਿੱਚ ਲਾ ਕੇ ਗਵਾਹੀ ਕਰਾ ਕੇ ਇਹ ਤਾਂ ਦਿਨਾਂ ਦੇ ਵਿੱਚ ਫੈਸਲਾ ਆ ਜੂਗਾ ਇਹਦਾ।